टुडे पंजाब न्यूज़ चैनल दीयां सुबह दीयां खास खास ਖਬਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤਰਸੇਮ ਸਿੰਘ ਮਠਾਰੂ ਤੇ ਗੱਲ ਕਰਦੇ ਆਂ ਅੱਜ ਦੀਆਂ ਵੱਡੀਆਂ ਖਬਰਾਂ ਦੇ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਸੀਐਮ ਆਨ ਨੇ ਮਕੇਰੀਆਂ ਤੋਂ ਆਪਣੀ ਕਿਸਮ ਦੀ ਪਹਿਲੀ ਸਰਕਾਰ ਵਪਾਰ ਮੇਲੇ ਦੀ ਕੀਤੀ ਸ਼ੁਰੂਆਤ ਚੋਣਾਂ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਦਾ ਪੰਜਾਬ ਸਰਕਾਰ ਨੂੰ ਸਖਤ ਹੁਕਮ ਜਾਰੀ 1 ਜੁਲਾਈ ਤੋਂ ਲਾਗੂ ਹੋਣਗੇ ਨਵੇਂ ਅਪਰਾਧਿਕ ਕਾਨੂੰਨ ਆਈਪੀਸੀ ਅਤੇ ਸੀਆਰਪੀਸੀ ਤੇ ਗਵਾ ਐਕਟ ਦੀ ਲੈਣਗੇ ਜਗਾ ਪੰਜਾਬ 'ਚ ਹੁਣ ਬਿਨਾ ਰਜਿਸਟ੍ਰੇਸ਼ਨ ਨਹੀਂ ਚੱਲਣਗੇ ਈ ਰਿਕਸ਼ਾ ਡਰਾਈਵਰਾਂ ਲਈ ਵੀ ਹੋਵੇਗਾ ਡਰੈੱਸ ਕੋਡ ਚੋਣਾਂ ਤੋਂ ਪਹਿਲਾਂ ਪੀਐਮ ਮੋਦੀ ਦੀ ਪੰਜਾਬ ਤੇ ਨਜ਼ਰ ਸੰਗਰੂ ਤੇ ਫਰੋਹਪੁਰ ਨੂੰ ਅੱਜ ਮਿਲੇਗੀ ਸਵਾਗਤ ਮੰਗਾਪੂਰੀਆਂ ਹੋਂ ਤੱਕ ਅੰਦੋਲਨ ਖਤਮ ਨਹੀਂ ਕੀਤਾ ਜਾਵੇਗਾ ਸਰਮਰ ਸਿੰਘ ਪੰਦੇਰ ਲੱਖਾਂ ਸਿਧਾਨਾਂ ਨੂੰ ਨੌਜਵਾਨਾਂ ਨੇ ਕੀਤੀ ਘੇਰਾਂ ਦੀ ਕੋਸ਼ਿਸ਼ ਫਿਰ ਗਨਮੈਨਾਂ ਨੇ ਕੀ ਕੀਤਾ ਕਰਮਜੀਤ ਅਣਮੋਲ ਦੇ ਹਲਕੇ 'ਚ ਵਧਾਈਆਂ ਸਰਗਰਮੀਆਂ ਲੋਕ ਸਭਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਹੋ ਸਕਦੇ ਨੇ ਉਮੀਦਵਾਰ ਇਸ ਸਾਲ ਬੰਦ ਹੋਣ ਵਾਲਾ ਹੈ Google Pay ਐਪ ਜਾਣੋ ਕਿਹੜੀ ਨਵੀਂ ਸੇਵਾ ਲਵੇਗੀ ਇਸ ਦੀ ਥਾਂ ਟਿਕਰੀ ਦੇ ਸਿਗੂ ਬਾਰਡਰ ਖੋਲ੍ਹਣ ਦੀ ਤਿਆਰੀ ਬਹਾਦਰ ਕਰਦੇ ਬਰੋਦਾ ਸਰਹੱਦ ਤੇ ਇੱਕ ਪਾਸੇ ਆਵਾਜਾਈ ਸ਼ੁਰੂ ਮਾਰਦੇ ਤੋਂ ਪਹਿਲਾਂ ਨਿਮੇੜ ਲਓ ਬੈਂਕ ਦੇ ਕੰਮ 14 ਦਿਨ ਪੰਦ ਰਹਣਗੇ ਬੈਂਕ ਦਾ ਤਾਂ ਦੋਸਤੋ ਇਹ ਚੱਗੀਆਂ ਆਪਣੀਆਂ ਇਸ ਵळे ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਆ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਕਿ ਸੀਐਮ ਮਾ ਨੇ ਮਕੇਰੀਆਂ ਤੋਂ ਆਪਣੀ ਕਿਸਮ ਦੀ ਪਹਿਲੀ ਸਰਕਾਰ ਵਪਾਰ ਮੇਲੇ ਦੀ ਕੀਤੀ ਸ਼ੁਰੂਆਤ ਸਮਾਜ ਦੇ ਹਰੇਕ ਵਰਗ ਦਾ ਸਰਪੱਕੀ ਵਿਕਾਸ ਯਕੀਨੀ ਬਣਾਉਣ ਲਈ ਵਚਨਬੱਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਸੂਬੇ ਦੇ ਕਾਰੋਬਾਰੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਆਪਣੀ ਕਿਸਮ ਦੀ ਪਹਿਲੀ ਸਰਕਾਰ ਵਪਾਰ ਮੇਲ ਲਈ ਸ਼ੁਰੂਆਤ ਕੀਤੀ ਹੈ ਕੱਟ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਕਿਸਮ ਦੀ ਇਸ ਪਲੇਠੀ ਪਹਿਲ ਕਰਮੀ ਦਾ ਮਨਤਵਾ ਵਪਾਰੀ ਭਾਈਚਾਰੇ ਦੀ ਭਲਾਈ ਯਕੀਨੀ ਬਣਾਉਣਾ ਉਹਨਾਂ ਕਿਹਾ ਕਿ ਪੰਜਾਬ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਕੇ ਸੂਬੇ ਦੀ ਪ੍ਰਾਤਨ ਸ਼ਾਨ ਬਹਾਲ ਕਰਨ ਵੱਲ ਇਹ ਇੱਕ ਕਦਮ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਦਯੋਗ ਅਤੇ ਵਪਾਰ ਹਰ ਸੂਬੇ ਦੀ ਆਰਥਿਕਤਾ ਦੀ ਰੇੜ ਦੇ ਹੱਡੇ ਹੁੰਦੇ ਨੇ ਜਿਸ ਕਾਰਨ ਇਸ ਨੂੰ ਜ਼ਰੂਰ ਹੁਲਾਰਾ ਦੇਣਾ ਚਾਹੀਦਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮਾਲੀਆ ਤੇ ਰੋਜ਼ਗਾਰ ਸਿਰ ਇੱਕ ਅਜਿਹਾ ਚੱਕਰ ਹੈ ਜੋ ਸੂਬੇ ਦੇ ਵਿਕਾਸ ਲਈ ਮਹੱਤਵਪੂਰਨ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੇ ਮੋਬਾਈਲ ਚਨਈ ਅਤੇ ਹੋਰ ਵੱਡੇ ਸ਼ਹਿਰਾਂ ਦਾ ਦੌਰਾ ਕਰਕੇ ਸਰੰਤਕਾਰਾਂ ਨੂੰ ਆਪਣੇ ਉਦਮ ਸਥਾਪਿਤ ਕਰਨ ਲਈ ਸੱਦਾ ਦਿੱਤਾ ਹੈ ਉਹਨਾਂ ਕਿਹਾ ਕਿ ਉਹ ਦਿਨ ਗਏ ਜਦੋਂ ਸੱਤਾ 'ਚ ਬੈਠੇ ਲੋਕ ਪ੍ਰੋਜੈਕਟਾਂ ਵਿੱਚ ਹਿੱਸਾ ਮੰਗਸਣ ਕਿਉਂਕਿ ਹੁਣ ਸਾਰਾ ਧਿਆਨ ਸੂਬੇ ਦੇ ਵਿਕਾਸ ਤੇ ਹੈ ਚੋਣਾਂ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਦਾ ਪੰਜਾਬ ਸਰਕਾਰ ਨੂੰ ਸਖਤ ਹੁਕਮ ਜਾਰੀ ਰਾਜ ਸਰਕਾਰਾਂ ਵੱਲੋਂ ਲੋਕ ਸਭਾ ਹਲਕੇ ਵਿੱਚ ਹੀ ਪੈਂਦੇ ਕੋਈ ਦੂਜੀ ਜ਼ਿਲ੍ਹੇ ਵਿੱਚ ਅਧਿਕਾਰੀਆਂ ਦੇ ਕੀਤੇ ਜਾ ਰਹੇ ਤਬਾਦਲੇ ਤਾਇਨਾਤੀਆਂ ਸੰਬੰਧੀ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤੀ ਚੋਣ ਕਮਿਸ਼ਨ ਦੇ ਮੌਜੂਦਾ ਤਬਾਦਲਾ ਨੀਤੀ ਨੂੰ ਮਜ਼ਬੂਤ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਅਧਿਕਾਰੀ ਚੋਣਾਂ ਦੇ ਪਾਰਦਰਸ਼ੀ ਅਤੇ ਸੁਚੱਜੇ ਅਮਲ ਵਿੱਚ ਕਿਸੇ ਕਿਸਮ ਦਾ ਕੋਈ ਵਿਘਨ ਨਾ ਪਾ ਸਕੇ ਮੌਜੂਦਾ ਹਦਾਇਤਾਂ ਵਿੱਚ ਖਾਮੀਆਂ ਨੂੰ ਦੂਰ ਕਰਨ ਦਾ ਕਮਿਸ਼ਨ ਨੇ ਨਿਰਦੇਸ਼ ਦਿੱਤੇ ਹਨ ਕਿ ਦੋ ਲੋਕ ਹਲਕਿਆਂ ਵਾਲੇ ਰਾਜਾਂ ਕੇਂਦਰਾ Shashit pradeshon ਨੂੰ ਛੱਡ ਕੇ ਬਾਕੀ ਸਾਰੇ ਰਾਜ ਇਹ ਯਕੀਨੀ ਬਣਾਉਣਗੇ ਕਿ ਜਿੰਨਾ ਅਧਿਕਾਰੀਆਂ ਦਾ ਤਬਾਦਲਾ ਜਿਹੜੇ ਤੋਂ ਬਾਹਰ ਕੀਤਾ ਗਿਆ ਉਹਨਾਂ ਦੀ ਤਾਇਨਾਤੀ ਉਸੇ ਲੋਕ ਸਭਾ ਹਲਕੇ ਦੇ ਕਿਸੇ ਦੂਜੇ ਜ਼ਿਲ੍ਹੇ ਵਿੱਚ ਨਾ ਕੀਤੀ ਜਾਵੇ ਕਮਿਸ਼ਨ ਨੇ ਇਹ ਦੁਹਰਾਇਆ ਕਿ ਤਬਾਦਲਾ ਨੀਤੀ ਦੀ ਇਨ ਬਿਨ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਇਹ ਪਾਲਣਾ ਤੇ ਨਾ ਤੇ ਮਹਿਜ ਦਿਖਾਵਾ मात्र ਹੀ ਨਾ ਹੋਵੇ ਇਹ ਨਿਯਮ ਉਹਨਾਂ ਤਬਾਦਲਿਆਂ ਤੇ ਤਾਇਨਾਤੀਆਂ ਤੇ ਵੀ ਲਾਗੂ ਹੋਵੇਗਾ ਜੋ ਕਮਿਸ਼ਨ ਦੀਆਂ ਪਹਿਲਾਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਚੁੱਕੀਆਂ ਹੋ ਚੁੱਕੀਆਂ ਨੇ 1 ਜੁਲਾਈ ਤੋਂ ਲਾਗੂ ਹੋਣਗੇ ਨਵੇਂ ਅਪਰਾਧਿਕ ਕਾਨੂੰਨ ਆਪੀਸੀ ਅਤੇ ਸੀਆਰਪੀਸੀ ਤੇ ਗਵਾਹ ਐਕਟ ਦੀ ਲੈਂਗੁਏਜ ਜਗਾ ਕੇਂਦਰ ਸਰਕਾਰ ਨੇ 1 ਜੁਲਾਈ 2024 ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਤਿੰਨੋਂ ਨਵੇਂ ਕਾਨੂੰਨ ਭਾਰਤੀ ਦੰਡਾ ਵਾਲੀ ਅਪਰਾਧਿਕ ਪ੍ਰਕਿਰਿਆ ਕੋਰਟ ਦੇ ਗਵਾਹ ਐਕਟ ਦੀ ਥਾਂ ਲੈਣਗੇ ਇੰਨਾ ਕਾਨੂੰਨਾਂ ਨੂੰ ਪਿਛਲੇ ਸਾਲ 21 ਦਸੰਬਰ ਨੂੰ ਸंसद ਦੀ ਮਨਜ਼ੂਰੀ ਮਿਲ ਗਈ ਸੀ ਤੇ ਰਾਸ਼ਟਰਪਤੀ ਦ੍ਰੋਪਦੀ ਮਰਮੂ ਨੇ 25 ਦਸੰਬਰ ਨੂੰ ਆਪਣੀ ਮਨਜ਼ੂਰੀ ਦਿੱਤੀ ਸੀ। ਤੰਨਾ ਕਾਨੂੰਨਾਂ ਦਾ ਉਦੇਸ਼ ਇਹਨਾਂ ਨੂੰ ਪੂਰੀ ਤਰ੍ਹਾਂ ਬਦਲਣਾ ਹੈ। ਨਵੇਂ ਕਾਨੂੰਨ ਤਹਿਤ ਜੇਕਰ ਕੋਈ ਜ਼ੁਬਾਨੀ ਜਾਂ ਲਿਖਤੀ ਜਾਂ ਪ੍ਰਤੀਕਾਤਮਕ ਤੌਰ ਤੇ ਅਜਿਹੀਆਂ ਗਤੀਵਿਧੀਆਂ ਉਤਸ਼ਾਹਿਤ ਕਰਦਾ ਜਾਂ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਂਦੀ ਕੋਸ਼ਿਸ਼ ਕਰਦਾ ਤਾਂ ਉਸ ਲਈ ਉਮਰ ਕੈਦ ਦੀ ਵਿਵਸਥਾ ਇਸ ਤੋਂ ਇਲਾਵਾ ਨਵੇਂ ਕਾਨੂੰਨ ਚ ਜੁਰਮਾਨੇ ਦੀ ਵਿਵਸਥਾ ਵੀ ਸ਼ਾਮਲ ਕੀਤੀ ਗਈ ਹੈ। ਪੰਜਾਬ ਚ ਹੁਣ ਬਿਨਾ ਰਜਿਸਟ੍ਰੇਸ਼ਨ ਨਹੀਂ ਚੱਲਣਗੇ ਈ ਰਿਕਸ਼ਾ ਡਰਾਈਵਰ ਵਾਲੇ ਹੋਵੇਗਾ ਡਰੈਸ ਕੋਲ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ ਅੰਮ੍ਰਿਤਸਰ ਜਲੰਧਰ ਅਤੇ ਪਟਿਆਲਾ ਵਿੱਚ ਈ ਰਿਕਸ਼ਾ ਦੀ ਵਾਧੇ ਗਤੀ ਤੇ ਨਿਯਮਾਂ ਦੀ ਉਲੰਘਣਾ ਅਤੇ ਟ੍ਰੈਫਿਕ ਨਿਯਮਨੀਆਂ ਸਮੱਸਿਆਵਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਅੱਜ ਇਹੇ ਚ ਹੁਣ ਪੰਜਾਬ ਸਰਕਾਰ ਈ ਰਿਕਸ਼ਾ ਦੇ ਨਿਯਮਾਂ ਨੂੰ ਲੈ ਕੇ ਸਖਤ ਕਰਨ ਜਾ ਰਹੀ ਹੈ ਔਰ ਬਿਨਾ ਰਜਿਸਟ੍ਰੇਸ਼ਨ ਤੋਂ ਈ ਰਿਕਸ਼ਾ ਨਹੀਂ ਚੱਲੇਗਾ ਹਰ ਈ ਰਿਕਸ਼ਾ 'ਚ ਨੰਬਰ ਪਲੇਟ ਹੋਵੇਗੀ ਤੇ ਡਰਾਈਵਰਾਂ ਲਈ ਗ੍ਰੇ ਡਰੈਸ ਕੋਡ ਪਹਿਨਣਾ ਲਾਜ਼ਮੀ ਹੋਵੇਗਾ ਈ ਰਿਕਸ਼ਾ ਵੇਚਣ ਵਾਲੇ ਡੀਲਰਾਂ ਨੂੰ ਵੀ ਟਰੇਡ ਸਰਟੀਫਿਕੇਟ ਲੈਣਾ ਜ਼ਰੂਰੀ ਹੋਵੇਗਾ ਜੇਕਰ ਉਹ ਅਜੇ ਹਰ ਨਹੀਂ ਕਰਦੇ ਤਾਂ ਉਹ ਨਵਰਦ ਕਾਰਵਾਈ ਕੀਤੀ ਜਾ ਸਕਦੀ ਹੈ ਚੋੜਾ ਤੋਂ ਪਹਿਲਾਂ ਪੀਐਮ ਮੋਦੀ ਦੀ ਪੰਜਾਬ ਤੇ ਨਜ਼ਰ ਸੰਗਰੂ ਤੇ ਫਰੋਹਪਰ ਨੂੰ ਅੱਜ ਮਿਲੇਗੀ ਸਵਾਗਤ ਪ੍ਰਧਾਨ ਮੰਤਰੀ ਨरेन्द्र ਮੋਦੀ ਅੱਜ 25 ਫਰਵਰੀ 2024 ਨੂੰ ਰਾਜਕੋਟ ਗੁਜਰਾਤ ਤੋਂ ਸੰਗਰੂਰ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਬਦਾ ਵਿਖੇ ਨਵੇਂ ਬਣਾਏ 300 ਬਿਸਤਰਿਆਂ ਵਾਲੇ ਪੀਜੀਆਈ ਐਮਈਆਰ ਹਸਪਤਾਲ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਫਰੋਇਪੁਰ ਵਿਖੇ 100 ਬਿਸਤਰਿਆਂ ਵਾਲੇ ਪੀਜੀਆਈ ਐਮਈਆਰ ਸੈਂਟਰ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਵੀ ਰੱਖਣਗੇ ਪੰਜਾਬ ਵਿੱਚ ਸੰਗਰੂਰ ਅਤੇ ਫਰੋਇਪੁਰ ਵਿੱਚ ਪੀਜੀਆਈ ਐਮਈਆਰ ਇਹਨਾਂ ਸੈਟੇਲਾਈਟ ਕੇਂਦਰਾਂ ਦੀ ਸਥਾਪਨਾ ਨਾਲ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਦੇ ਲੋਕਾਂ ਨੂੰ ਵਿਆਪਕ ਕਿਫਾਇਤੀ ਗੁਣਵੱਤਾ ਅਤੇ ਸੰਪੂਰਨ ਤੀਸਰੀ ਦੇਖਭਾਲ ਸਿਹਤ ਸੇਵਾਵਾਂ ਦੀ ਉਪਲਬਧਤਾ ਵਿੱਚ ਅਸੰਤੁਲਨ ਨੂੰ ਠੀਕ ਕਰਨ ਵਿੱਚ ਮਦਦ ਮਿਲੇਗੀ ਜੇਕਰ ਇਸ ਸੈਟੇਲਾਈਟ ਕੇਂਦਰ ਕਮਿਊਨਿਟੀ ਆਊਟਰੀਚ ਗਤੀਵਿਧੀਆਂ ਰਾਹੀਂ ਅਤੇ ਡਿਜੀਟਲ ਸੇਬਹਾਲ ਬੁਨਿਆਦੀ ਢਾਂਚੇ ਦਾ ਲਾਭ ਉਠਾ ਕੇ ਦੂਰ ਦਰਾਡੇ ਦੇ ਖੇਤਰਾਂ ਵਿੱਚ ਗਰੀਬ ਲੋਕਾਂ ਤੱਕ ਵੀ ਪਹੁੰਚ ਕਰਨਗੇ ਮੰਗਾਪੂਰੀਆਂ ਹੋਣ ਤੱਕ ਅੰਦੋਲਨ ਖਤਮ ਨਹੀਂ ਕੀਤਾ ਜਾਵੇਗਾ ਸਰਵਜਿੰ ਸਿੰਘ ਪੰਦੇਰ ਕਿਸਾਨਾਂ ਕੋ ਸਰਵਜਿੰ ਸਿੰਘ ਪੰਦੇਰ ਨੇ ਸ਼ਨੀਵਾਰ ਨੂੰ ਕਿਹਾ ਕਿ ਦਿੱਲੀ ਚੱਲੋ ਮਾਰਚ 'ਚ ਹਿੱਸਾ ਲੈ ਰਹੇ ਕਿਸਾਨ ਉਦੋਂ ਤੱਕ ਆਪਣਾ ਅੰਦੋਲਨ ਖਤਮ ਨਹੀਂ ਕਰਨਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਹਨਾਂ ਇਹ ਵੀ ਸੰਕੇਤ ਦਿੱਤਾ ਕਿ ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ ਹਜ਼ਾਰਾਂ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਦੇ ਟਰੱਕਾਂ ਨਾਲ ਹਰਿਆਣਾ ਨਾਲ ਲੱਗਦੇ ਪੰਜਾਬ ਦੇ ਕਨੌਨਿਟੇ ਚੰਬੂ ਸਰਹਾਦੇ ਤੇ ਡੇਰਾ ਲਾਇਆ ਹੋਇਆ ਇਸ ਤੋਂ ਪਹਿਲਾਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮਲ ਦੀ ਕਾਨੂੰਨੀ ਗਾਰੰਟੀ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਕੇਂਦਰ ਤੇ ਦਬਾਅ ਬਣਾਉਣ ਲਈ ਉਹਨਾਂ ਨੇ ਦਿੱਲੀ ਮਾਰਚ ਨੂੰ ਸੁਰੱਖਿਆ ਬਲਾਣੇ ਰੋਕ ਦਿੱਤਾ ਸੀ ਬੁੱਧਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚਾ ਕਿ ਐਮਐਮ ਨੇ ਅਗਵਾਈ ਵਾਲੇ ਦਿੱਲੀ ਚੱਲੋ ਮਾਰਚ ਨੂੰ ਖਨੌਰੀ ਚੱਕ ਪਰਦਰਸ਼ਨਕਾਰੀ ਕਿਸਾਨ ਦੀ ਮੌਤੇ ਲਗਭਗ 12 ਪੁਸ ਕਰਮਚਾਰੀਆਂ ਦੇ ਜ਼ਖਮੀ ਹੋਣ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਆਪਣੇ ਅੰਦੋਲਨ ਨੂੰ ਦੋ ਦਿਨਾਂ ਲਈ ਰੋਕ ਦਿੱਤਾ ਹੈ ਲਕਸ਼ਦਾਨਾ ਨੂੰ ਨੌਜਵਾਨਾਂ ਨੇ ਕੀਤੀ ਘੇਰੇ ਦੀ ਕੋਸ਼ਿਸ਼ ਫਿਰ ਗਨਮੈਨਾਂ ਨੇ ਦੇਖੋ ਕੀ ਕੀਤਾ ਸਮਾਜ ਸੇਵੀ ਲਕਸ਼ਦਾਨਾ ਉਸ ਵੇਲੇ ਇੱਕ ਵਾਰ ਫਿਰ ਚਾਰਚਾ ਚਾਕੇ ਜਦੋਂ ਉਹਨਾਂ ਨੂੰ ਪਿੰਡ ਦੇ ਨੌਜਵਾਨਾਂ ਵੱਲੋਂ ਘੇਰ ਲਿਆ ਗਿਆ ਨੌਜਵਾਨਾਂ ਵੱਲੋਂ ਲਕਸ਼ਦਾਨਾ ਨੂੰ ਘੇਰਾ ਘੇਰੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ ਸਮਾਜ ਸੇਵੀ ਲਕਸ਼ਦਾਨਾ ਨੂੰ ਸਵਾਲ ਕਰ ਰਹੇ ਨੇ ਤੇ ਉਹਨਾਂ ਤੋਂ ਜਵਾਬ ਮੰਗ ਰਹੇ ਨੇ ਇਸ ਦੌਰਾਨ ਜਦੋਂ ਅੱਗੇ ਨੌਜਵਾਨ ਅੱਗੇ ਵਧੇ ਤਾਂ ਉਹਨਾਂ ਦੇ ਗਨਮੈਨਾਂ ਵੱਲੋਂ ਉਹਨਾਂ ਨੂੰ ਰੋਕ ਦੇ ਲਿਆ ਗਿਆ ਲਕਸ਼ਦਾਨਾ ਵੀ ਇਹਨਾਂ ਨੌਜਵਾਨਾਂ ਨੂੰ ਸਮਝਾਉਂਦੇ ਹੋਏ ਨਜ਼ਰ ਆਏ ਇਹ ਪਹਿਲੀ ਵਾਰ ਨਹੀਂ ਹੈ ਕਿ ਨੌਜਵਾਨਾਂ ਵੱਲੋਂ ਸਮਾਜ ਸੇ ਵੀ ਲਕਸ਼ਦਾਨਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਇਸ ਤੋਂ ਪਹਿਲਾਂ ਵੀ ਸਵੇਰ ਸੇ ਵੀ ਲੱਖਰ ਹਜ਼ਾਰਾ ਤੇ ਕੁਝ ਹੋਰ ਨੌਜਵਾਨਾਂ ਵਿੱਚ ਤਕਰਾਰ ਹੋ ਗਈ ਸੀ ਇਸ ਦੌਰਾਨ ਲੱਖੇ ਨੂੰ ਵੱਡੀ ਗਿਣਤੀ ਨੌਜਵਾਨਾਂ ਨੇ ਘੇਰ ਲਿਆ ਤੇ ਉਸੇ ਦੌਰਾਨ ਫਾਇਰਿੰਗ ਹੋਈ ਦੋਸ਼ ਲੱਗ ਰਹੇ ਹਨ ਕਿ ਕਿਰਿਆ ਵੇਖ ਫਾਇਰਿੰਗ ਲੱਖੇ ਦੇ ਸਾਥੀਆਂ ਨੇ ਕੀਤੀ ਸੀ ਤੇ ਮੌਕੇ ਤੇ ਫਰਾਰ ਹੋ ਗਏ ਸੀ ਇਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਇਸ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਲੱਖੇ ਨੂੰ ਘੇਰਿਆ ਹੋਇਆ ਸੀ ਬਹਿਸ ਤੋਂ ਬਾਅਦ ਝਗੜਾ ਵਧ ਗਿਆ ਇਸ ਤੋਂ ਬਾਅਦ ਲੱਖਾ ਉੱਥੇ ਜਾਣ ਦੀ ਕੋਸ਼ਿਸ਼ ਕਰਦਾ ਪਰ ਕੁਝ ਨੌਜਵਾਨ ਡਾਂਗਾਂ ਨਾਲ ਅੱਗੇ ਵਧਦੇ ਨੇ ਇਸ ਦੌਰਾਨ ਲਗਾਤਾਰ ਫਾਇਰਿੰਗ ਦੀ ਆਵਾਜ਼ ਆਉਣ ਲੱਗਦੀ ਹੈ ਇਸ ਦੌਰਾਨ 10 ਤੋਂ 12 ਰਾਉਂਡ ਆਫ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ ਕਿ ਨੌਰੀ ਤੋਂ 15 ਕਿਲੋਮੀਟਰ ਪਹਿਲਾਂ ਪਾਤੜਾ ਕੋਲ ਉਹ ਫਾਇਰਿੰਗ ਹੋਈ ਦੱਸਦਾ ਹੈ ਕਿ ਲੱਕਾ ਸਦਾਨਾ ਨੌਰੀ ਬਾਰਡਰ ਉਤੇ ਕਿਸਤਾਨਾ ਦੇ ਸਮਾਤਰ ਵਿੱਚ ਪੁਜਾ ਜੀ ਇਸ ਦੌਰਾਨ ਰਾਹ ਵਿੱਚ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਇਸ ਦੌਰਾਨ ਫਾਇਰਿੰਗ ਹੋਈ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਧਰਨੇ ਵਿੱਚ ਜੀਸੀਬੀ ਨੂੰ ਲੈ ਕੇ ਇਹ ਟਕਰਾਅ ਹੋਈ ਸੀ ਕਰਮਜੀਤ ਅਨਮੋਲ ਦੇ ਹਲਕੇ 'ਚ ਵਧਾਈਆਂ ਸਰਗਰਮੀ ਆ ਲੋਕ ਸਭਾ ਸੰਗਰੂਤ ਤੋਂ ਆਮ ਆਦਮੀ ਪਾਰਟੀ ਦੇ ਹੋ ਸਕਦੇ ਨੇ ਉਮੀਦਵਾਰ ਲੋਕਸਭਾ ਦੀਆਂ ਚੋਣਾਂ ਦਾ ਸਰਗਰਮੀਆਂ ਵਧ ਰਹੀਆਂ ਨੇ ਜਿਸ ਵਿੱਚ ਪੰਜਾਬ ਵਿੱਚ ਸੱਤਾਧਾਰੀ ਪਾਰਟੀ ਦੇ ਸੰਭਾਵੀ ਉਮੀਦਵਾਰ ਨੇ ਹਲਕਿਆਂ ਦਾ ਸਰਗਰਮੀਆਂ ਵਧਾ ਦਿੱਤੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨੇੜੇ ਦਾ ਸਾਥੀ ਫਿਲਮੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੇ ਹਲਕਾ ਸੰਗਰੂ ਰੰਦਰ ਸਰਗਰਮੀਆਂ ਵਧਾ ਦਿੱਤੀਆਂ ਨੇ ਬੇਸ਼ੱਕ ਕਰਮਜੀਤ ਅਨਮੋਲ ਸਿੱਧੇ ਤੌਰ ਤੇ ਚੋਣ ਲੜਨ ਤੋਂ ਇਨਕਾਰ ਕਰ ਰਹੇ ਨੇ ਪਰ ਇਹ ਵੀ ਕਹਿ ਰਹੇ ਹਨ ਕਿ ਜੇਕਰ ਪਾਰਟੀ ਮੌਕਾ ਦੇਵੇਗੀ ਤਾਂ ਉਹ ਕਮਲ ਨਾਲ ਤਿਆਰ ਹਨ ਕਰਮਜੀਤ ਨੇ ਦੜਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਗਰੂਰ ਮੇਰਾ ਹਲਕਾ ਤੇ ਉਹ ਇਸ ਵਿੱਚ ਹਰ ਸਮੇਂ ਪਹਿਲਾਂ ਵੀ ਵਿਚਰਦਾ ਰਿਹਾ ਤੇ ਹੁਣ ਵੀ ਵਿਚਰ ਰਿਹਾ ਹੈ। ਬਾਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਵੀ ਡਿਊਟੀ ਲਾਉਣਗੇ ਉਹ ਪੂਰੀ ਕਰੇਗਾ। ਕਰਮਜੀਤ ਸਿੰਘ ਨੇ ਕਿਸਾਨੀ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਖਨੌਰੀ ਬਾਰਡਰ ਉਤੇ ਸ਼ਹੀਦ ਹੋਏ ਸੁਭਕਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਉਸ ਦੀ ਮਾਲੀ ਮਦਦ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਲਈ ਦੋਸ਼ੀ ਲੋਕਾਂ ਉੱਤੇ ਜਾਂਚ ਉਪਰੰਤ ਮਾਮਲਾ ਦਰਜ ਕੀਤਾ ਜਾਵੇਗਾ ਇਸ ਮੌਕੇ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਦਾਰਸ਼ਨ ਸਿੰਘ ਕੁਮਾਰ ਅਰਵਿੰਦਰ ਸਿੰਘ ਮਾਨ ਤੇ ਰঞ্জੀਤ ਸਿੰਘ ਖੇਤਲਾ ਤੇ ਹੋਰ ਹਾਜ਼ਰ ਸਨ ਇਸੇ ਸਾਲ ਬੰਦ ਹੋਣ ਵਾਲਾ ਹੈ Google Pay ਐਪ ਜਾਣੋ ਕਿੜੀ ਨਵੀਂ ਸੇਵਾ ਲਵੇਗੀ ਇਸ ਜਿੱਥਾ ਜੀ ਹਾਂ ਦੋਸਤੋ ਪੇਟੀਐਮ ਤੋਂ ਬਾਅਦ ਹੁਣ Google Pay ਆਪਣੀ ਐਪ ਨੂੰ ਛੇਤੀ ਹੀ ਬੰਦ ਕਰਨ ਜਾ ਰਿਹਾ ਹਾਲਾਂਕਿ ਇਹ ਸਿਰਫ ਅਮਰੀਕਾ ਦੇ ਪ੍ਰਯੋਗਕਰਤਾਵਾਂ ਲਈ ਹੋਵੇਗਾ ਕਿ ਜੋ Google Wallet ਦੀ ਬਜਾਏ Google Pay ਦੀ ਵਰਤੋਂ ਕਰਦੇ ਨੇ ਅੱਜ Google ਨੇ ਐਲਾਨ ਕੀਤਾ ਕਿ ਉਹ ਅਮਰੀਕਾ 'ਚ ਆਪਣੇ ਭੁਗਤਾਨ ਐਪਸ ਨੂੰ ਸਰਲ ਬਣਾਏਗਾ ਅਜਿਹਾ ਕਰਨ ਲਈ ਉਹ 4 ਜੂਨ 2024 ਨੂੰ Google Pay ਐਪ ਨੂੰ ਖਤਮ ਕਰ ਦੇਵੇਗਾ ਤੇ Google Pay ਦੀ ਬਜਾਏ ਕੰਪਨੀ Google Wallet ਤੇ ਜਾਣ ਦੀ ਸੇਵਾਜ ਕਰਦੀ ਹੈ ਇਸ ਵਿੱਚ ਜਿਸ ਵਿੱਚ ਵੀ ਇਹੋ ਜਿਹੇ ਹੀ ਫੀਚਰ ਹਨ ਪਰ ਜੋ ਕਰਤਾ ਸਮਾਂ ਸੀਮਾ ਤੋਂ ਬਾਅਦ ਐਪ ਦੇ ਯੂਐਸਐਸ ਸੰਸਕਰਨ ਰਾਹੀਂ ਭੇਜੇ ਪੈਸੇ ਜਾਂ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ ਹਾਲਾਂਕਿ 4 ਜੂਨ ਤੋਂ ਬਾਅਦ ਵੀ Google Pay ਦੇ ਪ੍ਰਯੋਗ ਕਰਤਾ Google Pay ਵੈੱਬਸਾਈਟ ਤੇ ਜਾ ਕੇ ਆਪਣਾ ਬੈਲੈਂਸ ਵੇਖ ਸਕਣਗੇ ਤੇ ਆਪਣੇ ਬੈਂਕ ਖਾਤੇ 'ਚ ਫੰਡ ਟਰਾਂਸਫਰ ਕਰਨਾ ਜਾਰੀ ਰੱਖ ਸਕਣਗੇ ਟਿੱਕਰੀ ਤੋਂ ਸੰਗੋ ਬਾਰਡਰ ਖੋਲਣ ਦੀ ਤਿਆਰੀ ਬਹਾਦਰ ਗੜ ਦੇ ਚੜੋਂਦਾ ਸਰਹੱਦ ਤੇ ਇੱਕ ਪਾਸੇ ਆਵਾਜਾਈ ਸ਼ੁਰੂ ਚਾਨਾ ਦੇ ਦਿੱਲੀ ਵੱਲ ਮਾਰਚ ਦੇ ਮੱਧ ਨਜ਼ਰ 11 ਦਿਨਾਂ ਤੋਂ ਬੰਦ ਰਹੇ ਦਿੱਲੀ ਦੇ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਨੂੰ ਸ਼ਨੀਵਾਰ ਨੂੰ ਖੋਲਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਦਿੱਲੀ ਪੁਲਿਸ ਵੱਲੋਂ ਟਿੱਕਰੀ ਬਾਰਡਰ ਤੇ ਲਗਾਏ ਗਏ ਕੰਟੇਨਰ ਤੇ ਪੱਥਰ ਹਟਾਏ ਜਾ ਰਹੇ ਨੇ ਸ਼ੁਰੂਆਤ ਚ ਇੱਕ ਪਾਸੇ ਵਾਲੀ ਸੜਕ ਨੂੰ ਖੋਲਣ ਦੀ ਯੋਇਨਾ ਬਣਾਈ ਗਈ ਹੈ ਇਸ ਦੇ ਨਾਲ ਹੀ ਸ਼ਨੀਵਾਰ ਨੂੰ ਚੜਾਉਂਦਾ ਬਾਰਡਰ ਤੇ ਇੱਕ ਸਾਈਡ ਰੋਡ ਨੂੰ ਵੀ ਖੋਲ ਦਿੱਤਾ ਗਿਆ ਦੱਸ ਦੇ ਕਿ ਸੋਨੀਪਰ ਦੇ ਕੁੰਡਲੀ ਨਾਲ ਲੱਗਦੇ ਸਿੰਘੂ ਬਾਰਡਰ ਤੇ ਦਿੱਲੀ ਪੁਲਿਸ ਨੇ ਦਿੱਲੀ ਬਾਰਡਰ ਤੋਂ ਨੈਸ਼ਨਲ ਹਾਈਵੇ 44 ਦੀ ਸਰਵਿਸ ਰੋਡ ਨੂੰ ਖੋਲਣਾ ਸ਼ੁਰੂ ਕਰ ਦਿੱਤਾ ਹੈ ਇੱਥੇ ਸਾਰੀਆਂ 4 ਲੇਨ ਖੋਦੀਆਂ ਜਾ ਰਹੀਆਂ ਨੇ ਫਲਾਈਓਵਰ ਤੇ ਕੀਤੀ ਗਈ ਬੈਰੀਕਾਡ ਪਹਿਲਾ ਵਾਂਗ ਹੀ ਰਹੇਗੀ ਲੋਕਾਂ ਨੂੰ ਦਿੱਲੀ ਆਉਣ ਜਾਣ ਵਿੱਚ ਕਾਫੀ ਰਾਹਤ ਮਿਲੇਗੀ ਮਾਰਚ ਤੋਂ ਪਹਿਲਾਂ ਨਮੇੜ ਲੋ ਬੈਂਕ ਦੇ ਕੰਮ 14 ਦਿਨਾਂ ਲਈ ਬੰਦ ਰਹਿਣਗੇ ਬੈਂਕ ਦੇਖੋ ਲਿਸਟ ਪਰਵਦਾ ਮਹੀਨਾ ਕਦਮ ਹੋ ਜਰ ਜਿਸ ਤੋਂ ਬਾਅਦ ਲੋਕਾਂ ਨੂੰ ਹੁਣ ਮਾਰਚ ਮਹੀਨੇ ਦੀਆਂ ਛੁੱਟੀਆਂ ਤੋਂ ਠੀਕ ਹੈ ਮਾਰਚ ਦਾ ਮਹੀਨਾ ਤਿਹਾਰਾਂ ਕਰਕੇ ਬਹੁਤ ਮਹੱਤਵਪੂਰਨ ਹੁੰਦਾ ਹੈ ਮਹਾ ਸ਼ਿਵਰਾਤਰੀ ਦੇ ਨਾਲ ਨਾਲ ਇਸ ਮਹੀਨੇ ਹੋਲੀ ਦਾ ਤਿਹਾਰ ਵੀ ਆ ਰਿਹਾ ਜੋ ਬਹੁਤ ਮਹੱਤਵਪੂਰਨ ਹੈ ਦੂਜੇ ਪਾਸੇ ਗੁੱਡ ਫਰਾਈਡੇ ਵੀ ਇਸ ਮਹੀਨੇ ਆਉਂਦਾ ਮਾਰਚ ਦੇ 5 ਐਤਵਾਂ ਦੂਜੇ ਤੇ ਚੌਥੇ ਸ਼ਨੀਵਾਰ ਤੋਂ ਇਲਾਵਾ 7 ਦਿਨਾਂ ਤੱਕ ਵੱਖ-ਵੱਖ ਥਾਵਾਂ ਤੇ ਬੈਂਕਾਂ ਦਾ ਕੰਮਕਾਜ ਬੰਦ ਹੋ ਰਿਹਾ ਅਜਿਹੇ 'ਚ ਜੇਕਰ ਤੁਹਾਡਾ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਜਲਦੀ ਪੂਰਾ ਕਰ ਲਓ ਛੁੱਟੀਆਂ ਬਾਰੇ ਤੁਹਾਨੂੰ ਦੱਸ ਦਿੰਦੇ ਆ ਵੱਖ-ਵੱਖ ਸਟੇਟਾਂ 'ਆਂ ਵੱਖ-ਵੱਖ ਛੁੱਟੀਆਂ ਹੋ ਸਕਦੀਆਂ ਨੇ ਕਮਜ 2024 ਸ਼ੁੱਕਰਵਾਰ ਚਪਚਰ ਕੋਟ ਮिजਰੂਮ ਚ ਬੰਦ ਰਹਿਣਗੇ ਬੈਂਕ 3 ਮਾਰਚ ਐਤਵਾਰ ਪੂਰੇ ਭਾਰਤ ਦੇ ਬੈਂਕ ਬੰਦ ਆ 8 ਮਾਰਚ ਨੂੰ ਸ਼ੁੱਕਰਵਾਰ ਜੀ ਮਹਾ ਸ਼ਿਵਰਾਤਰੀ ਕਨ ਪੂਰੇ ਭਾਰਤ ਦੇ ਬੈਂਕ ਬੰਦ ਨੇ 9 ਮਾਰਚ ਸ਼ਨੀਵਾਰ ਨੂੰ ਪੂਰੇ ਭਾਰਤ ਵਿੱਚ ਮਹੀਨੇ ਦੇ ਦੂਜੇ ਸ਼ਨੀਵਾਰ ਬੈਂਕ ਬੰਦ ਰਹਿਣਗੇ 10 ਮਾਰਚ ਨੂੰ ਐਤਵਾਰ 17 ਮਾਰਚ ਨੂੰ ਫਿਰ ਐਤਵਾਰ ਆ ਤੇ 22 ਮਾਰਚ ਨੂੰ ਸ਼ੁੱਕਰਵਾਰ ਬਿਹਾਰ ਦਿਵਸ ਬਿਹਾਰ ਵਿੱਚ ਬੈਂਕ ਬੰਦ ਰਹਿਣਗੇ 23 ਮਾਰਚ ਨੂੰ ਪੂਰੇ ਭਾਰਤ ਵਿੱਚ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਤੇ 24 ਮਾਰਚ ਨੂੰ ਐਤਵਾਰ 25 ਮਾਰਚ ਨੂੰ ਹੋਲੀ ਹੈ ਜੀ 26 ਮਾਰਚ ਨੂੰ ਮੰਗਲਵਾਰ ਹੈਗਾ ਜੀ ਤੇ ਦੂਜਾ ਦਿਨ ਹੋਲੀ Odisha Manipur ਤੇ Bihar ਵਿੱਚ ਬੈਂਕ ਬੰਦ ਰਹਿਣਗੇ 27 ਮਾਰਚ ਨੂੰ ਹੋਲੀ ਵਿਹਾਰ ਹੋਣ ਕਰਕੇ ਬੰਦ ਰੱਖਣਗੇ ਬੈਂਕ ਜਾਨਕੀ Bihar ਵਿੱਚ ਤਿੰਨ ਦਿਨ ਬੈਂਕ ਬੰਦ ਰਹਿਣਗੇ 29 ਮਾਰਚ ਨੂੰ ਹੈਗਾ ਜੀ ਸ਼ੁੱਕਰਵਾਰ ਤੇ ਗੁੱਡ ਫਰਾਈਡੇ ਕਰ ਬੈਂਕ ਬੰਦ ਰਹਿਣਗੇ ਤੇ 31 ਮਾਰਚ ਨੂੰ ਐਤਵਾਰ ਹੈ ਫਿਰ ਇੱਥੇ ਪੂਰੇ ਭਾਰਤ ਵਿੱਚ ਬੈਂਕ ਬੰਦ ਰਹਿਣਗੇ ਤਾ ਦੋਸਤੋ ਇਸ ਸਗੀਆਂ ਆਪਣੀਆਂ ਅੱਜ ਇਸ ਵੜੇ ਦੀਆਂ ਵੱਡੀਆਂ ਖਬਰਾਂ ਮੈਨੂੰ ਉਮੀਦ ਹੈ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਜਾਣਕਾਰੀ ਨੂੰ ਵਟਵਟ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਆਪਾਂ ਮਿਲਦੇ ਹਾਂ ਹੋਰ ਖਬਰਾਂ ਨਾਲ ਹੁੰਦਲੀ ਐਨਹੀਂ ਧੰਨਵਾਦ ਸਤਿ ਸ਼੍ਰੀ ਅਕਾਲ